दर्शन व्यासी दर्शन आज कितबो अनंदित कोल कंठ गुर मेलिया नानक अरसन बीच सुन जार हमारे सज्जन एक करो बेनतियां ऐसा मोहन लाल प्यारे हाँ फिरो खुजतियां इस दस प्यारे सिर तरी उतारे एक भोरी दर्शन दी जाए नैन हमारे प्रे रंग रंगारे एक दिल भी ना तीरी जाए गगन दमामा बाजे पर निशान कहा खेत जो मांडे सुरमा अब जूझन को दाओ सूरा सो कर जानी है जो नरे दिन के हेत पुरजे पुरजे पट मरे कबू न छड़े खेत पुरजा पुरजा पट मरे कबू न छड़े खेत सो कर तन गुर से भी है ऐसे सुभाय दर्शन परसे गुरु के जन्म मरण दुख जाय भोवा शिव तक समुद्री नूर सुन जटिया तुद डिठे सच्चे पातशाह मल जन्म जन्म दी कटिया वाहेगुरु साहिब जीओ सोलठ महला पंजवां अविनाशी जीवन को दाता सिमरत सब मल कोई गुण निधान भगतन को वर्तन बिरला पावे कोई सिमरत सब मन खोई गुण निधान भगतन को वर्तन बिरला पावे कोई मेरे मन जप गुरु को पाद प्रभ सोई जाकी सरण पया सुख पाई है बावड़ दुख न होई राव बड़भागी सार संग प्राप्त तिन भेट द दुरमत खोई तिन की धूर नानक दास वंश है जिनार नाम रिजर साध संग प्राप्त तिन भेटत दुर्मत कोई तिन की धूर नानक दास वंश जिनार नाम हृदय परोई वाहिगुरु जी का खालसा वाहिगुरु जी की फतेह परम सत्कार जो सत संगत जी आप सारे माई भाई जितने भी गुरु दरबार में पहुंचे हाँ बड़े भगतों वाले जिन्होंने आज धन धन सतगुरु श्री गुरु ग्रंथ साहब महाराज जी के परम पवित्र दर्शन दिदारे किए ने सतगुरों के हजूर संगत के रूप में सत करके सतगुरों की अमृत बाणी भोग के सबक सरवण किए हैं जो परसों तो सरबत संगत वालों उन्होंने अमर शहीदों की गल में
ਸਤ ਬਾਬਾ ਜਗਜੀਤ ਸਿੰਘ ਦੀ ਸਰਪ੍ਰਸਤੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਹਿਨੁਮਾਈ ਔਰ ਸਾਰੇ ਨਗਰ ਦੀ ਸੰਗਤ ਇਲਾਕੇ ਦੀ ਸੰਗਤ ਕਿਉਂਕਿ ਨਗਰ ਬੁਰਜ ਵੀ ਜਗਰੋਂ ਸੇਵਾ ਦੇ ਵਿੱਚ ਢਟੋਗਲ ਜਿੰਨਾ ਹੀ ਵੱਧ ਚੜ ਕੇ ਉਸ ਸਾਰੇ ਨਾਲ ਸਿੱਸਾ ਲੈਂਦਾ ਹੋਰ ਵੀ ਆਲੇ ਦੁਆਲੇ ਨਗਰਾਂ ਦੀ ਸੰਗਤ ਵੀ ਦੇਖੋ ਹੁਣ ਤੇ ਥੋੜਾ ਜਿਹਾ ਰਿਵਾਜ ਘੱਟ ਗਿਆ ਸੰਤ ਬਾਬਾ ਮਹਿੰਦਰ ਸਿੰਘ ਜੀ ਆਪਣੇ ਦੇਖਦੇ ਰਹੇ ਹਾਂ ਕਿ ਕਿਵੇਂ ਉਮਾ ਉਤਸ਼ਾਹ ਨਾਲ ਉਮਾਮੇ ਨਾਲ ਸਾਰੇ ਇਲਾਕੇ ਦੀ ਪਿੰਡਾਂ ਦੀ ਸੰਗਤ ਸੇਵਾ ਦੇ ਵਿੱਚ ਆਉਂਦੀ ਤੇ ਆ ਕੇ ਹਾਜ਼ਰੀਆਂ ਭਰਦੇ ਸੋ ਗੁਰੂ ਕਿਰਪਾ ਕਰੇ ਸਾਰੇ ਇਲਾਕੇ ਵੱਲੋਂ ਨਗਰ ਢਡੋਗਲ ਨਗਰ ਗੁਰਜ ਨਗਰ ਸ਼ਰਮਾ ਸਾਰੀਆਂ ਸੰਗਤਾਂ ਵੱਲੋਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਹੈ ਸ਼੍ਰੀ ਕੰਨਪੜ ਸਾਹਿਬ ਦੇ ਪਰਸੋਰਨ ਹੋਏ ਕਰਮ ਮਤ ਅੱਜ ਸੰਪੂਰਨ ਦਾ ਭੋਗ ਪੈ ਹੈ ਭੋਗ ਦੇ ਸਲੋਕ ਆਪਾਂ ਨੇ ਸੁਣੇ ਨੇ ਅਰਦਾਸ ਹੋਈ ਹੈ ਪਵਿੱਤਰ ਮੁਕਵਾਨ ਆਇਆ ਸੋ ਸਤਸੰਗ ਜੀ ਲੰਮਾ ਸੋਮਾ ਨਹੀਂ ਇਹ ਵਿਚਾਰਾਂ ਕਰਨ ਦਾ ਆਪਾਂ ਕਈ ਵਾਰੀ ਸੋਚਦੇ ਹਾਂ ਵੀ ਆਜ਼ਾਦੀ ਆਈ ਸੰਤਾਲੀ ਚ ਆਜ਼ਾਦੀ ਮਿਲੀ ਕਿਹਨੂੰ ਆਜ਼ਾਦੀ ਮਿਲੀ ਆਜ਼ਾਦੀ ਮਿਲੀ ਸਾਡੇ ਹਿੰਦੂ ਭਰਾਵਾਂ ਨੂੰ ਆਜ਼ਾਦੀ ਥੋੜ੍ਹੀ ਜੀ ਅੰਸ਼ਕ ਮਾਤਰ ਮਿਲੀ ਸਾਡੇ ਮੁਸਲਮਾਨ ਭਰਾਵਾਂ ਨੂੰ ਪਰ ਜਿਹੜਾ ਉਜਾੜਾ ਹੋਇਆ ਜਿਹੜੀ ਕਤਲੋਗਰਦ ਹੋਈ ਉਹ ਸਿੱਖਾਂ ਦੀ ਔਰ ਮੁਸਲਮਾਨ ਭਰਾਵਾਂ ਦੀ ਹੋਈ ਇੱਥੇ ਕੋਈ ਜਾਤੀਵਾਦ ਦੀ ਗੱਲ ਨਹੀਂ ਹੈ ਕਿਉਂਕਿ ਸਾਰੀ ਦੇਖੋ ਸਾਡੇ ਭਰਾ ਨੇ ਗੁਰੂ ਗ੍ਰੰਥ ਸਾਹਿਬ ਨੇ ਮੌਕਾ ਦਿੱਤਾ ਸਭ ਤੋਂ ਉਮੀਦ ਆਪਣ ਕਿੰਨਾ ਹਮ ਸਭ ਨਾ ਕੇ ਸਾਜਨ ਦੂਰ ਪਰਾਇਓ ਮੇਰੇ ਮਨ ਦਾ ਬਿਰਹਾ ਤੋ ਮੇਲ ਕੀ ਉਹ ਮੇਰਾ ਮਾਨੇ ਕਹਿੰਦੇ ਸਾਰਿਆਂ ਨੂੰ ਮੈਂ ਆਪਣਾ ਸੱਜਣ ਬਣਾਇਆ ਇਹ ਗੱਲ ਵੱਖਰੀ ਹੈ ਕੋਈ ਸੱਜਣ ਬਣਨਾ ਹੀ ਨਾ ਚਾਹੇ ਹੁਣ ਦੇਖੋ ਜਹਾਂਗੀਰ ਨੂੰ ਮਾਨੇ ਸੱਜਣ ਬਣਾਇਆ ਪਰ ਜਹਾਂਗੀਰ ਧਰਤੀ ਤੇ ਮੇਰੇ ਬਿਠਾਉਂਦਾ ਰੱਬ ਨੂੰ ਗੁਰੂ ਤਾਂ ਕਹਿੰਦੇ ਸੱਜਣ ਹੈ ਸਾਰੇ ਦੇ ਪਰ ਜੇ ਨਹੀਂ ਕੋਈ ਬਣਨਾ ਚਾਹੁੰਦਾ ਉਹਦੀ ਆਪਣੀ ਮਰਜ਼ੀ ਹੈ ਉਹਦੇ ਨਿਯਮ ਵੀ ਉੱਪਰ ਕਹਿੰਦੇ ਕਿਹਾ ਮਹਾਰਾਜ ਜਿਹੜੇ ਤੁਹਾਨੂੰ ਧਰਤੀ ਤੇ ਬੀਜੇ ਬਿਠਾਉਂਦੇ ਨੇ ਸਾਨੂੰ ਆਡਰ ਤਾਂ ਦਿਓ ਸਰਬਨਾਥ ਦਾ ਅਸੀਂ ਕਰ ਜਾਂਗੇ ਇਹਨਾਂ ਦਾ ਜੇ ਗੁਰੂ ਅਰਜਨ ਸਾਹਿਬ ਨੇ ਆਖਿਆ ਸੀਗਾ ਪਾਣਾ ਮੰਨੋ ਤੇਰਾ ਕੀ ਆ ਮਿੱਠਾ ਲਾਗੇ ਅਨੰਦਾ ਫਿਰ ਸਾਈਂ ਮੀਆਂ ਮੀਰ ਆਇਆ ਬੜੇ ਕ੍ਰੋਧ ਵਿੱਚ ਕਹਿਣ ਲੱਗਿਆ ਮਹਾਰਾਜ ਕਿਰਪਾ ਕਰੋ ਇਹ ਰੱਬ ਦੇ ਕੰਮ ਵੀ ਇਨਸਾਫ ਨਹੀਂ ਹੈ ਦੇਖੋ ਜਦੋਂ ਸਾਡੇ ਤੇ ਕੋਈ ਬਿਰਤਾ ਆਉਂਦੀ ਹੈ ਅਸੀਂ ਰੱਬ ਨੂੰ ਵੀ ਕਹਿੰਦੇ ਹਾਂ ਤੇ ਗੁਰੂ ਅਰਜਨ ਸਾਹਿਬ ਨੇ ਆਖਿਆ ਸਾਈਂ ਜੀ ਉਹਨੂੰ ਧਾਨੇ ਦੇਣਾ ਉਲਾਣੋ ਮੈਂ ਕੰਮ ਨਾ ਦੇ ਮੈਂ ਤੇ ਕਿਸੇ ਨੂੰ ਵੀ ਉਲਾਣਾ ਨਹੀਂ ਦਿੰਦਾ ਰੱਬ ਨੂੰ ਤਾਂ ਦੇਣਾ ਹੀ ਹੈ ਮੈਂ ਤੇ ਉਹਨਾਂ ਨੂੰ ਵੀ ਉਲਾਣਾ ਨਹੀਂ ਦਿੰਦਾ ਜੋ ਉਹਨੂੰ ਤੱਤੀ ਤਵੀ ਤੇ ਬਿਠਾ ਰਹੇ ਇਹ ਹੈ ਨਿਰਵੈਰ ਪੁਰਖ ਮੇਰੇ ਪ੍ਰਭ ਦਾਤੇ ਜਿਵੇਂ ਜਨਾਮੋ ਤਿਰੰਗ ਤੁਹਾਨੂੰ ਗੁਰੂ ਨਿਰਵੈਰ ਹੈ ਗੁਰੂ ਪੂਰੀ ਮਨੁੱਖਤਾ ਨੂੰ ਕਲਾ ਵਿੱਚ ਲੈਂਦਾ ਹੈ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਜਿੱਥੇ ਹਿੰਦੂ ਮੰਦਰਾਂ ਦੀ ਯਾਤਰਾ ਕੀਤੀ ਉੱਥੇ ਮੱਕੇ ਵਰਗੇ ਮੁਸਲਮਾਨਾਂ ਦੇ ਉਹ ਮੁਕੱਦਸ ਅਸਥਾਨ ਦੀ ਵੀ ਯਾਤਰਾ ਕੀਤੀ ਤੇ ਮੁਲਤਾਨ ਵਿੱਚ ਜਾ ਕੇ ਤਾਂ ਸਤਿਗੁਰਾਂ ਨੇ ਜਦ ਪਹੁੰਚੇ ਤੇ ਮੁਲਤਾਨ ਵਾਲੇ ਪੀਰਾਂ ਨੇ ਆਖਿਆ ਤੂੰ ਕਾਹਨੂੰ ਲਿਆ ਕੇ ਪਹਿਲਾਂ ਅਸੀਂ ਬਥੇਰੇ ਬੈਠੇ ਹਾਂ ਪੀਰੀ ਗੁਰੂ ਮੁਲਤਾਨ ਕਿਉਂਕਿ ਭਾਈ ਗੁਰਦਾਸ ਮੇਲਿਓ ਬਾਬਾ ਉੱਠੇ ਆ ਮੁਲਤਾਨੇ ਦੀ ਜਾਤ ਜਾਈ ਮੁਲਤਾਨ ਤੋਂ ਤੁਰੇ ਪਹਿਲਾਂ ਗੁਰੂ ਨਾਨਕ ਸਾਹਿਬ ਕਰਤਾਰਪੁਰ ਤੋਂ ਤੁਰੇ ਕਿੱਥੇ ਆਏ ਜੀ ਅੱਜ ਉਹ ਬਟਾਲਾ ਜੋ ਸਿੱਧਾ ਨਾਥਾਂ ਦਾ ਵੱਡਾ ਕੇਂਦਰ ਸੀ ਪੰਜਾਬ ਦਾ ਇੱਥੇ ਫਿਰ ਸਿੱਧਾ ਦਾ ਜੱਜ ਹੋਈ ਉਹ ਵੀ ਭਾਈ ਗੁਰਦਾਸ ਸਾਹਿਬ ਲਿਖੇ ਵੀ ਮੇਲਾ ਸੁਣ ਸ਼ਿਵਰਾਜ ਦਾ ਬਾਬਾ ਅਚਲ ਬਟਾਲੇ ਆਈ ਲੱਗੀ ਵਰਸਾ ਲਕਸ਼ਮੀ ਰਿਧ ਸਿੱਧ ਨੌਮਿਤ ਸਵਾਈ ਤੇ ਲਕਸ਼ਮੀ ਜਿਹੜੀ ਪਹਿਲਾਂ ਜੋਗੀਆਂ ਵੱਲ ਵਰਸਦੀ ਸੀ ਜਦ ਗੁਰੂ ਮੇਲੇ ਵਿੱਚ ਆ ਕੇ ਮੇਲੇ ਵਿੱਚ ਗੁਰੂ ਨਾਨਕ ਵੱਲ ਵਰਸਣ ਲੱਗ ਪਈ ਤੇ ਜੋਗੀਆਂ ਨੇ ਦੇਖਿਆ ਵੀ ਉਹਨਾਂ ਨੂੰ ਕੁਣਸ ਘਨੇਰੀ ਕਾਹਲੀ ਬੜਾ ਗੁੱਸਾ ਕੀਤਾ ਵੀ ਆਹ ਕਿਥੋਂ ਆ ਗਿਆ ਨਵੇਂ ਗੁਰੂ ਨਵਾਂ ਪੀਰ ਤੇ ਸਾਰਾ ਮੇਲਾ ਲੁੱਟ ਕੇ ਲੈ ਗਿਆ ਤੇ ਮਹਾਰਾਜ ਬੜੇ ਅਨੰਦ ਬੈਠੇ ਆ
ਉਹਦੇ ਰਾਸਧਾਰੀ ਰਾਸ ਪਾਉਂਦੇ ਕਹਿੰਦੇ ਰਾਸਧਾਰੀਆਂ ਦਾ ਇੱਕ ਸੰਤ ਬੈਠਾ ਕਹਿੰਦਾ ਜੀ ਅੱਖਾਂ ਵਿੱਚਦਾ ਮੈਨੂੰ ਸਤਿਖੰਡ ਦਿਖਦਾ ਹੈ ਨਿਰੰਕਾਰ ਬੈਠਾ ਦਿਖਦਾ ਉਹਦੇ ਮੂਹਰੋਂ ਮਹਾਰਾਜ ਨੇ ਉਹਦਾ ਲੋਟਾ ਛੁਪਾ ਲਿਆ ਯੋਗੀਆਂ ਦੇ ਗੁਰੂ ਦਰਸ਼ਨ ਵਾਸਤੇ ਮਹਾਰਾਜ ਕਹਿੰਦੇ ਲੋਟਾ ਸਤਿਗੁਰ ਲਿਆ ਛੁਪਾਈ ਛੁਪਾ ਲਿਆ ਲੋਟਾ ਉਹ ਹੱਥ ਮਾਰੇ ਪਹਿਲਾਂ ਖੜਕਾ ਹੁੰਦਾ ਸੀ ਨਾ ਵੀ ਹੁਣ ਰੁਪਈਆ ਡਿੱਗਿਆ ਉਹ ਚੁਆਨੀ ਡਿੱਗਿਆ ਉਹ ਚਾਲੀ ਡਿੱਗਿਆ ਪਰ ਆਨਾ ਡਿੱਗਿਆ ਲੁੱਟ ਚ ਖੜਕਾ ਹੁੰਦਾ ਸੀ ਕਰਦੇ ਮਾਇਆ ਲਏ ਤੇ ਜਦੋਂ ਖੜਕਾ ਹੋਣਾ ਬੰਦ ਹੋ ਗਿਆ ਉਹਦੇ ਯੋਗੀ ਨੇ ਅੱਖਾਂ ਖੋਲੀਆਂ ਇੱਥੇ ਤੇ ਖੜਕਾ ਹੋਣਾ ਬੰਦ ਕੀ ਹੋ ਗਿਆ ਕਹਿੰਦੇ ਕਿ ਲੁੱਟ ਹੀ ਹੈ ਜੀ ਕੋਲੇ ਹੱਥਾਂ ਕਰਨ ਦੀ ਪੈ ਗਈ ਕਹਿੰਦਾ ਮੇਰਾ ਲੋਟਾ ਕਾਂ ਗਿਆ ਤਾਂ ਗੁਰੂ ਨਾਨਕ ਸਾਹਿਬ ਨੂੰ ਝਾੜ ਕੇ ਬੋਲਦਾ ਲੋਟਾ ਕਾਂ ਗਿਆ ਮਹਾਰਾਜ ਕਹਿੰਦੇ ਭਾਈ ਹੁਣ ਤਾਂ ਤੂੰ ਕਹਿੰਦਾ ਸੀ ਮੈਨੂੰ ਤਿੰਨ ਲੋਕਾਂ ਨੇ ਸੋਝੀ ਅੱਖਾਂ ਮੀਚ ਕੇ ਹੋ ਗਈ ਤੇ ਲੋਟਾ ਤਿੰਨਾਂ ਲੋਕਾਂ ਦੀ ਹੋਊ ਬਾਹਰ ਤੱਕ ਤੇ ਚਲੇ ਨਹੀਂ ਗਿਆ ਐਡੀ ਵੱਡੀ ਤੇਰੇ ਸ਼ਕਤੀ ਆ ਤੂੰ ਲੋਟਾ ਪਾਲਾ ਪਰਾ ਇਹ ਮਹਾਰਾਜ ਉਹਨਾਂ ਦਾ ਫਿਰ ਇੱਥੇ ਪਖੰਡ ਜ਼ਾਹਰ ਕੀਤਾ ਇੱਥੇ ਵੀ ਫਿਰ ਯੋਗੀਆਂ ਦਾਤਾਂ ਨਾਲ ਚਰਚਾ ਹੋਈ ਇੱਥੇ ਵੀ ਯੋਗੀਆਂ ਨੂੰ ਇਹ ਮੰਨਣਾ ਪਿਆ ਕਿ ਸਿੱਧ ਬੋਲਣ ਤੋਂ ਬੁੱਧੇ ਵਚਨ ਧੰਨ ਨਾਨਕ ਤੇਰੀ ਵੱਡੀ ਹਾਰ ਮੰਨ ਕੇ ਭਾਈ ਜੀ ਕਹਿੰਦੇ ਫਿਰ ਮੇਲੇ ਉਹ ਬਾਬਾ ਉੱਠਿਆ ਮੇਲੇ ਤੁਰਿਆ ਫਿਰ ਬਾਬਾ ਕਿਤੇ ਪਹੁੰਚੇ ਮੁਲਤਾਨੇ ਦੀ ਇਜਾਜ਼ਤ ਚ ਮੁਲਤਾਨ ਵਿੱਚ ਜਿੱਥੇ ਵੀਰ ਕਹਿੰਦੇ ਇੱਥੇ ਤਾਂ ਸੀ ਪਹਿਲੀ ਬਥੇਰਾ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਘਬਰਾਓ ਨਾ ਤੁਹਾਡਾ ਨੁਕਸਾਨ ਨਹੀਂ ਕਰਦੇ ਤੁਹਾਡਾ ਫਾਇਦਾ ਕਰਾਂਗੇ ਉਹਦੇ ਵਿੱਚ ਫੁੱਲ ਦੁੱਧ ਉਤਾਰਿਆ ਤੇ ਜੋਗੇ ਪੀਰਾਂ ਨੇ ਦੁੱਧ ਦਾ ਟਕੋਲਾ ਭਰ ਕੇ ਭੇਜਿਆ ਮੰਨ ਕੇ ਬਾਬੇ ਘਟਘਰ ਵਗਣ ਦੇ ਮਿਲੀ ਦੁੱਧ ਵਿੱਚ ਮਲਾਈ ਦੁੱਧ ਤਰਕ ਦੀ ਕਹਿੰਦੇ ਜਾ ਕੇ ਕਹਿੰਦੇ ਜੀ ਕੀ ਸਵਾਲ ਦਾ ਜਵਾਬ ਹੈ ਕਹਿੰਦੇ ਤੇਰੇ ਪੀਰ ਨੂੰ ਕਹਿੰਦੇ ਦੇਖ ਦੁੱਧ ਮਹਾਰਾਜ ਕਹਿੰਦੇ ਕਟੋਰਾ ਭਰਿਆ ਸੀ ਨਾ ਆਪਾਂ ਕਹਿੰਦੇ ਭਰੇ ਭਾਵੇਂ ਹੋਰ ਚੀਜ਼ ਪੈਂਦੀ ਜੀ ਜੇ ਪਹਿਲੇ ਭਾਂਡਾ ਭਰਿਆ ਹੋਰ ਕਿਤੇ ਕੋ ਮਹਾਰਾਜ ਕਹਿੰਦੇ ਕੁਝ ਐਸੀਆਂ ਚੀਜ਼ਾਂ ਨੇ ਉਹ ਭਰੇ ਵਿੱਚ ਵੀ ਸਮਾ ਜਾਂਦੀਆਂ ਨੇ ਆ ਦੇਖੋ ਫੁੱਲਾਂ ਚੋਂ ਮਿਲੀ ਨਾ ਇਹ ਭਰੇ ਹੋਏ ਲੋਟੇ ਵਿੱਚ ਵੀ ਆਪਣਾ ਟਿਕਾ ਟਿਕ ਗਿਆ ਤੇ ਸੁਗੰਧੀ ਵੀ ਦੁੱਧ ਵਿੱਚ ਦੇ ਗਿਆ ਤੇ ਇਸ ਕਰਕੇ ਜਿਹੜਾ ਮਹਾਂਪੁਰਖ ਹੁੰਦਾ ਹੈ ਉਹ ਭਰਿਆਂ ਵਿੱਚ ਵੀ ਆਪਣਾ ਆਨੰਦ ਵਰਤਾ ਲੈਂਦਾ ਸੋ ਮਹਾਰਾਜ ਨੇ ਸਾਰੇ ਕੰਮ ਨੇ ਯਾਤਰਾ ਕੀਤੀ ਸਾਰੇ ਨੂੰ ਮਹਾਰਾਜ ਕਲਾ ਵਿੱਚ ਲਿਆ ਗੱਲ ਕਰਦੇ ਸੀ ਵੀ ਜਦ 47 'ਚ ਆਜ਼ਾਦੀ ਮਿਲੀ ਸਾਡੇ ਹਿੰਦੂ ਭਰਾਵਾਂ ਨੂੰ ਥੋੜ੍ਹੀ ਜਿਹੀ ਕੁਆਟਰ ਆਜ਼ਾਦੀ ਮਿਲੀ ਮੁਸਲਮਾਨ ਭਰਾਵਾਂ ਨੂੰ ਬਹੁਤਾ ਬਹੁਤਾ ਮਿਲਿਆ ਜੀ ਤੇ ਸਿੱਖਾਂ ਨੂੰ ਕੀ ਮਿਲਿਆ ਜੀ ਸਿੱਖਾਂ ਨੂੰ ਜੁੱਤੀਆਂ ਬਰਬਾਦੀ ਲੱਖਾਂ ਸਿੱਖ ਮਰੇ ਉੱਜੜੇ ਪਾਕਿਸਤਾਨ ਤੋਂ ਜਿਹੜੇ ਇੱਧਰ ਆਏ ਔਰ ਜਿਹੜੇ ਇੱਧਰੋਂ ਮੁਸਲਮਾਨ ਉੱਜੜ ਗਏ ਉੱਧਰ ਗਏ ਉਹ ਲੱਖਾਂ ਮਰੇ ਵੱਡੇ ਵੱਡੇ ਜਿਹੜੇ ਅਮੀਰ ਘਰਾਣੇ ਸੀ ਉਹ ਵਿਹਲਿਆਂ ਵਿਹਲਿਆਂ ਲੋਕਾਂ ਦੇ ਉਹ ਪੱਖੋਂ ਹੌਲੇ ਹੋ ਕੇ ਰੋਟੀ ਤੋਂ ਵੀ ਅੱਤਰ ਹੁੰਦੇ ਨੁਕਸਾਨ ਉਹੀ ਕੌਮਾਂ ਦਾ ਹੋਇਆ ਆਜ਼ਾਦੀ ਜਿਹਨਾਂ ਨੂੰ ਮਿਲੀ ਉਹਨਾਂ ਦਾ ਨੁਕਸਾਨ ਵੀ ਕੋਈ ਨਹੀਂ ਹੋਇਆ ਤੇ ਜਿਹੜੇ ਲੋਕ ਪਹਿਲਾਂ ਕਹਿੰਦੇ ਸੀ ਜੇ ਤੁਹਾਨੂੰ ਐਸਾ ਕਿੱਤਾ ਵੀ ਦੇ ਦਾਂਗੇ ਜਿੱਥੇ ਸਿੱਖ ਆਜ਼ਾਦੀ ਦਾ ਆਨੰਦ ਮਾਣਨਗੇ ਤੇ ਜਦ ਟਾਈਮ ਟੱਪ ਗਿਆ ਕਹਿੰਦੇ ਨੇ ਸਾਡਾ ਲੀਡਰ ਗਿਆ ਜਵਾਹਰ ਲਾਲ ਨਹਿਰੂ ਕੋਲ ਕਹਿਣ ਲੱਗਾ ਜੀ ਤੁਸੀਂ ਬਚਨ ਕੀਤਾ ਸੀ ਤੇ ਨਹਿਰੂ ਸਾਹਿਬ ਕਹਿੰਦੇ ਮਾਸਟਰ ਜੀ ਕਦੀ ਬਚਨ ਕਰਨੇ ਪੜਦੇ ਆ ਕਦੀ ਜ਼ਬਾਨੇ ਪੜਦੇ ਆ ਕਦੀ ਬਚਨ ਚੱਲਣੇ ਵੀ ਪੜਦੇ ਆ ਉਹ ਸਮਾਂ ਸੀ ਆਪਣਾ ਸਮਾਂ ਕਿਉਂਕਿ ਉਹ ਮਹਿਲ ਵੀ ਖਵਾਜਾ ਮਿਸਰ ਵਾਲੀ ਗੁਰਤ ਹੋ ਜਾਂਦੀ ਹੈ ਪਰ ਇਹਦੇ ਵਿੱਚ ਸਾਡੇ ਲੀਡਰਾਂ ਦਾ ਵੀ ਦੋਸ਼ ਵੀ ਦੇਖੋ ਜਦੋਂ ਸਾਰਿਆਂ ਨੇ ਆਪਾਂ ਉਹਦਾ ਕਿੱਤਾ ਮੰਗਿਆ ਅਸੀਂ ਦੌੜਦਾ ਕਿ ਆਪਾਂ ਨਹੀਂ ਮੰਗੇ ਉਹਦੇ ਵਿੱਚ ਕਾਰਨ ਕੀ ਰਹੇ ਸਾਡੀ ਦੇਸ਼ ਭਗਤੀ ਰਹੀ ਸਾਡਾ ਤਿਆਗ ਰਿਹਾ ਸਾਡਾ ਗੁਰਬਾਨੀ ਕਰਨ ਦੇ ਕੰਮ ਰਿਹਾ ਤੇ ਉਹਦੇ ਵਿੱਚ ਬੜਾ ਨੁਕਸਾਨ ਹੋਇਆ 47 ਤੋਂ ਬਾਅਦ ਜਿਹਨਾਂ ਸ਼ਹੀਦਾਂ ਦੀ ਬਦੌਲਤ ਇਹ ਆਜ਼ਾਦੀ ਮਿਲੀ ਅੱਜ ਉਹਨਾਂ ਦੀ ਰੂਹ ਵੀ ਸਤਿਖੰਡ ਨੱਚੀ ਕੁਰਲਾਉਂਦੀ ਹੋਊਗੀ ਵੀ ਇਹਨਾਂ ਲੋਕਾਂ ਨੂੰ ਆਜ਼ਾਦੀ ਲੈ ਕੇ ਦਿੱਤੀ ਆਪਣਾ ਜੀਵਨ ਗਾਇਆ ਆਪਣੀ ਜ਼ਿੰਦਗੀ ਸਾਰੀ ਜ਼ਿੰਦਗੀ ਜਿੰਨਾ ਚਿਰ ਜਿਉਏ ਉਹਨਾਂ ਚਿਰ ਕਸ਼ਟਾਂ ਵਿੱਚ ਗੁਜ਼ਾਰੀ ਤੇ ਆਪਣਾ ਕੱਖ ਬਣਾਇਆ ਨਹੀਂ ਆਪਣੇ ਘਰ ਘਰ ਉਜੜਵਾਏ ਘਰ ਜਾਇਦਾਦਾਂ ਕੁਰਬ ਕਰਵਾਈਆਂ ਕਾਲੇ ਪਾਣੀ ਪੀਂਦੇ ਫਾਸੀਆਂ ਵੀ ਚੁੰਮੀਆਂ
ਪਰ ਅੱਜ ਜਿਹਨਾਂ ਨੂੰ ਆਜ਼ਾਦੀ ਲੈ ਕੇ ਦਿੱਤੀ ਅੱਜ ਉਹਨਾਂ ਨੇ ਅੱਜ ਸਾਡੇ ਸਿਆਣੇ ਕਹਿੰਦੇ ਨੇ ਇੱਦਾਂ ਦਾ ਨਹੀਂ ਚੰਗਾ ਸੀ ਵਧੀਆ ਸੀ। ਅੱਜ ਇਹ ਵੀ ਦੇਸ਼ ਕੈਨੇਡਾ ਅਮੈਰੀਕਾ ਨੂੰ ਆਉਂਦਾ ਪਰ ਸੱਚ ਜਾਣੋ ਇਹ ਦੇਸ਼ ਚੋਰਾਂ ਤੋਂ ਨਿਕਲ ਕੇ ਡਾਕੂਆਂ ਦੇ ਹੱਥੇ ਚਲਿਆ ਗਿਆ। ਸੱਤਰ ਤੋਂ ਸੁਣਦੇ ਹੋਣੇ ਅਸੀਂ ਕੈਲੀਫੋਰਨੀਆ ਬਣਾਵਾਂਗੇ ਪੰਜਾਬ ਨੂੰ ਕੈਲੀਫੋਰਨੀਆ ਦੇਖਿਆ ਉਹ ਤਾਂ ਦੇਖਦਾ ਪਰ ਕੁਛ ਤਾਂ ਨਹੀਂ ਦੇਖਿਆ। ਜਿਨ੍ਹਾਂ ਨੇ ਕੈਲੀਫੋਰਨੀਆ ਦੇਖਿਆ ਉਹਨੂੰ ਪਤਾ ਕੈਲੀਫੋਰਨੀਆ ਕੀ ਚੀਜ਼ ਹੈ। ਕੈਲੀਫੋਰਨੀਆ ਦਾ ਨਹੀਂ ਪੰਜਾਬ ਨੂੰ ਬਣਾਇਆ ਪੰਜਾਬ ਨੂੰ ਨਸ਼ਿਆਂ ਦਾ ਦਰਿਆ ਚਿੱਟੇ ਦਾ ਚਿੱਟੇ ਵਾਲਾ ਪੰਜਾਬ ਬਣਾਤਾ ਨਸ਼ਿਆਂ ਵਾਲਾ ਪੰਜਾਬ ਬਣਾਤਾ। ਅੱਜ ਨੌਜਵਾਨ ਬੇਰੁਜ਼ਗਾਰ ਕਰਦਾ ਅੱਜ ਸਾਡੀ ਪੰਜਾਬ ਦੀ ਜਨਤਾ ਭਿਖਾਰੀ ਹੱਥ ਕੱਢਣ ਵਾਲੀ ਬਣਾਉਂਦੀ। ਕੋਈ ਕਹਿੰਦਾ ਦਾਲ ਮੁਫਤ ਲੈ ਲਓ, ਕੋਈ ਕਹਿੰਦਾ ਆਟਾ ਮੁਫਤ ਲੈ ਲਓ, ਕੋਈ ਕਹਿੰਦਾ ਬਿਜਲੀ ਮੁਫਤ ਲੈ ਲਓ। ਅਸੀਂ ਵੀ ਵੋਟਾਂ ਉਸੇ ਤਰ੍ਹਾਂ ਪਾ ਦਿੰਦੇ ਲਓ ਜੀ ਹੁਣ ਬਣਾਉਣਾ, ਕਹਿੰਦਾ ਮੈਂ 100 ਯੂਨਿਟ ਹੋਰ ਵੱਧ ਬਿਜਲੀ ਬਿਜਲੀ ਦੇਊਂਗਾ। ਫਿਰ ਉਹ ਵੋਟਾਂ ਪਾਓ ਜਿਹੜਾ 100 ਯੂਨਿਟ ਬਿਜਲੀ ਵੱਧ ਦੇਊਗਾ। ਪਰ ਸੱਚ ਜਾਣੋ ਪਾਰਟੀ ਕੋਈ ਵੀ ਹੋਵੇ ਕਿਸੇ ਪਾਰਟੀ ਨੇ ਵੀ ਪੰਜਾਬ ਦਾ ਭਲਾ ਨਹੀਂ ਕੀਤਾ। ਇਹ ਜ਼ਰੂਰ ਹੈ ਜੇ ਮੈਂ ਕਿਸੇ ਪਾਰਟੀ ਮੈਂ ਉਹਦੀ ਵਡਿਆਈ ਕਰੀ ਨਾ ਤੁਸੀਂ ਦੂਜੀ ਨਾ ਤੁਸੀਂ ਵਡਾਈ, ਪਰ ਸਾਧਿਆ ਕਿਸੇ ਨੇ ਵੀ ਪੰਜਾਬ ਦਾ ਦੇਸ਼ ਦਾ ਭਲਾ ਨਹੀਂ ਕੀਤਾ। ਆ ਮੋਦੀ ਦੇਖ ਲਓ ਕੀ ਗੁਲ ਖਿਲਾਰਦਾ ਅੱਜ, ਕਿਵੇਂ ਉਹ ਜ਼ਿਮੀਦਾਰ ਨੂੰ ਪੂਰੇ ਹਿੰਦੁਸਤਾਨ ਦੇ ਜ਼ਿਮੀਦਾਰ ਨੂੰ ਮਜ਼ਦੂਰ ਨੂੰ ਛੋਟੇ ਵਪਾਰੀ ਨੂੰ ਆੜ੍ਹਤੀਏ ਨੂੰ ਪੱਲੇਦਾਰ ਨੂੰ ਅੱਜ ਕਈ ਤਰ੍ਹਾਂ ਦੇ ਨਾਲ ਉਹ ਖਤਮ ਕਰਨ ਲੱਗਿਆ ਹੋਇਆ। ਇਹ ਹੈ ਤਾਕਤ ਜਿਹਦੇ ਹੱਥ ਆ ਜਾਂਦੀ ਹੈ ਨਾ ਉਹ ਜ਼ੁਲਮ ਵੀ ਕਰਦੇ। ਗੁਰੂ ਨੇ ਇੱਕ ਜ਼ੁਲਮਾਨ ਕਰਨੇ ਵਾਲੇ ਰਾਜਾ ਦੇ ਵਿਰੁੱਧ ਆਵਾਜ਼ ਉਠਾਈ ਸੀ। ਸਾਡੇ ਉਹਨਾਂ ਸ਼ਹੀਦਾਂ ਨੇ ਵੀ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਈ ਸੀ। ਉਹਨਾਂ ਕੋਈ ਇਡਲੀ ਨਹੀਂ ਮੰਗੀ, ਕੁਰਸੀ ਨਹੀਂ ਮੰਗੀ, ਜਾਇਦਾਦ ਨਹੀਂ ਮੰਗੀ। ਜਾਇਦਾਦ ਤਾਂ ਮੈਨੂੰ ਸੁਣਾਉਂਦੇ ਪੁਰਾਣੇ ਬਜ਼ੁਰਗ ਜਗਪ੍ਰੀਤ ਸਿੰਘ ਜੀ ਹੁੰਦੇ, ਕਹਿੰਦੇ ਸਰਦਾਰ ਭਗਤ ਸਿੰਘ ਨੂੰ ਸ਼ਹੀਦ ਹੋਣ ਤੋਂ ਕੁ ਹਫ਼ਤਾ ਕੁ ਪਹਿਲਾਂ ਇੱਕ ਚਿੱਠੀ ਆਈ ਪਟਿਆਲੇ ਤੋਂ ਰਾਜੇ ਦੀ। ਇਹ ਚਿੱਠੀ ਪੜ੍ਹੀ ਜਾਂਦੇ ਨੇ, ਉਹਦਾ ਵੱਡਾ ਭਰਾ ਸੁੰਦਰ ਸਿੰਘ ਟੋਡਾ ਵੀ ਭਰਾਵਾ ਕੀ ਪੜ੍ਹਦਾ, ਕਹਿੰਦਾ ਮੌਤ ਦੇ ਪ੍ਰੰਟ ਪੜ੍ਹਦਾ ਮੌਤ, ਕਹਿੰਦੇ ਤੂੰ ਬੜਾ ਦੱਸਿਆ ਮੌਤ ਦੇ ਪ੍ਰੰਟ ਪੜ੍ਹਨ ਵਾਲਾ ਕਹਿੰਦੇ ਵੱਡਾ ਭਰਾ ਸੀ। ਮੈਨੂੰ ਤਾਂ ਦੱਸ ਕੀ ਲਿਖਿਆ, ਕਹਿੰਦੇ ਪਟਿਆਲੇ ਮਹਾਰਾਜ ਨੇ ਲਿਖਿਆ ਵੀ ਭਗਤ ਸਿੰਘ ਲੜਾਈ ਕਰਨੀ ਛੱਡਦੇ ਪਿੰਡ ਬਣ ਚੱਲ ਜਿਹੜੇ ਮਰਜ਼ੀ ਲੈ ਜਾ, ਵੀ ਜੇ ਨਹੀਂ ਕਰਦੇ ਤਾਂ ਫਿਰ ਸਰਕਾਰ ਦੇ ਹੱਥ ਲੰਬੇ ਹੁੰਦੇ ਆ। ਤੇ ਇਹ ਮੇਰੇ ਮੌਤ ਦੇ ਵਰਤ ਨੇ, ਕਹਿੰਦੇ ਭਗਤ ਸਿੰਘ ਕੋਲੇ ਜੇਬ 'ਚ ਕਰਨ ਸੀ ਕਿਉਂਕਿ ਗੁਰਮੁਖੀ ਪੜ੍ਹਿਆ ਸੀ, ਉਗਰ ਸਿਉਂ ਬਾਬੂ ਬਾਬੂ ਰਾਤੋਂ ਆਪਣੇ ਆਟੀ ਵਾਲੇ ਇਹ ਚਾਰ ਜਾਣੇ ਦੇਸ਼ ਵਿੱਚ ਪੰਜਾਬ ਗੁਰਮੁਖੀ ਪੜ੍ਹੇ ਸੀ। ਭਗਤ ਸਿੰਘ ਜੀ ਨੇ ਉਹ ਕਾਗਜ਼ ਦੇ ਉੱਤੇ ਮਗਲੇ ਪਾਸੇ ਲਿਖਦਾ ਮਹਾਰਾਜ ਸਾਹਿਬ ਤੁਹਾਡਾ ਪੱਤਰ ਪੜ੍ਹਿਆ ਧਾਰ ਮਲੂਮ ਹੋਇਆ। ਇਸ ਸਵਾਲ ਵਿੱਚ ਬੇਨਤੀ ਹੈ ਕਿ ਕਰਮਜੀਤ ਸਾਹਿਬ ਦਾ ਜਿਹੜਾ ਸਿੰਘ ਹੈ ਨਾ ਉਹ ਟੁੱਟ ਸਕਦਾ, ਝੁੱਕ ਨਹੀਂ ਸਕਦਾ। ਝੁੱਕਣਾ ਤਾਂ ਗੈਰਾਂ ਦਾ ਕੰਮ ਹੁੰਦਾ ਹੈ, ਅਤੇ ਮਰਦਾਂ ਕੋਲ ਦੋ ਹੀ ਗੱਲਾਂ ਹੁੰਦੀਆਂ ਨੇ, ਜਾਂ ਮੈਦਾਨ ਜਿੱਤਣਾ ਜਾਂ ਸਿਰ ਲਾ ਦੇਣਾ। ਜੋ ਸੂਰਾ ਤਿਸੀ ਉਹ ਮਰਨਾ, ਜੋ ਭਗ ਹੈ ਤੇ ਜੋ ਨਹੀਂ ਜਰਨਾ। ਉਹਨਾਂ ਸ਼ਹੀਦਾਂ ਨੂੰ ਮਤਲਬ ਆਪਾਂ ਯਾਦ ਕਰਦੇ ਹਾਂ, ਸਮਾਂ ਨਹੀਂ ਹੈ ਆਓ, ਕਿਉਂਕਿ ਸਮਾਂ ਸੀਮਤ ਹੈ। ਆਪਾਂ ਅੱਜ ਜੋ ਮੁੱਖ ਬਾਤ ਸਤਿਗੁਰਾਂ ਨੇ ਬਖਸ਼ਿਆ ਥੋੜ ਠਲਾਕ ਨਹੀਂ ਹੈ, ਇਹਨੂੰ ਸਿਆਹੀ ਲੱਗਿਆ ਡੱਟੇ ਨੂੰ ਹਿੰਦੀ ਵਿਆਕਰਨ ਮੁਤਾਬਕ ਵੀ, ਅਤੇ ਅਧਿਕਰਨ ਕਾਰਕ ਇਸ ਨੂੰ ਵਿਦਵਾਨ ਮੰਨਦੇ ਨੇ। ਆ ਹੋਲੀ ਰਾਮਪੁਰਾ ਦਾ ਬਜਟ ਪੜ੍ਹ ਰਿਹਾ ਸੀ, ਤਾਂ ਗੌਰਾ ਔਰ ਕਾਂਧ ਦਾ ਕਲਿਆ ਅੱਜ ਪੁੱਤਰ ਦੀਪ ਪੱਕੇ ਜਾਂਦਾ ਗੌਰਾ ਵੀ, ਇਹ ਗੌਰਾ ਗੌੜਾ ਰਾਗ ਹੈ। ਗੁਰੂ ਗ੍ਰੰਥ ਸਾਹਿਬ ਪੜ੍ਹਦੇ ਇੱਕ ਗੌੜੀ ਰਾਗ ਹੈ ਅਤੇ ਗੌੜਾ ਮਾਲੀ ਗੌੜਾ ਮਾਲੀ ਬੜਾ ਰਾਗ ਹੁੰਦਾ ਨਾ ਜੀ। ਗੌੜਾ ਰਾਗ ਵੀ ਹੈ, ਗੌੜੀ ਰਾਗ ਵੀ ਹੈ, ਕਾਂਗੜਾ ਵੀ ਹੈ, ਕਲਿਆਣ ਵੀ ਹੈ। ਕਲਿਆਣ ਉਹਨੇ ਕਲਿਆਣ ਦਾ ਲਿਖਿਆ, ਕਈ ਕਹਿੰਦੇ ਨੇ ਰਾਗ ਮਾਲਾ ਗੁਰੂ ਕੀ ਬਾਣੀ ਦੇ ਲੋਕ ਐਸਾ ਦਰਜ ਹੈ। ਕਈ ਗੱਲਾਂ ਐਸੀਆਂ ਜੇ ਗੁਰਪ੍ਰਤਾਪ ਵਿੱਚ ਵੀ ਕਈ ਮਨਮਤੀਆਂ ਨੇ ਪਾਈਆਂ, ਪਰ ਜੇ ਇਹ ਗੱਲ ਨੂੰ ਅੱਜ ਲੋਕ ਜਿਹੜੇ ਭਾਈ ਸਤੋਤ ਸਿੰਘ ਜੀ ਲਾਉ ਲਈ ਜਾਂਦੇ, ਭਾਈ ਸਤੋਤ ਸਿੰਘ ਸਾਹਿਬ ਦੀ ਸੂਰਤ ਦੇਖਣੀ ਹੋਵੇ ਤਾਂ ਗੁਰਪ੍ਰਤਾਪ ਸੂਰਤ ਦੀ ਪਹਿਲੀ ਜਿਹੜੀ ਸੰਜੀ ਲਿਖੀ ਹੈ ਭਾਈ ਵੀਰ ਸਿੰਘ ਜੀ ਨੇ 14 ਜਿਲਦਾਂ ਤੋਂ ਪਹਿਲੀ ਜਿਲਦ, ਉਹਦੇ 'ਚ ਭਾਈ ਵੀਰ ਸਿੰਘ ਜੋ ਪੰਥ ਦੇ ਪ੍ਰਮਾਣ ਦੇ ਵਿਦਵਾਨ ਸਨ, ਉਹਨਾਂ ਨੇ ਭਾਈ ਸਤੋਤ ਸਿੰਘ ਦਾ ਖਾਤਾ ਚੱਕਿਆ।
महाराजा उदय सिंह कैथलपति का घर का चित्र है और ज्ञानी संत सिंह जी जिन्हों को उन्होंने विद्या पाई उन्हों का घर का चित्र है। अब वो ज्ञानियों का कुंडा जिदा रौला पैदा है जिद बैठ के भाई संतोख सिंह साहब जी 15 साल यानी संत सिंह जी अपने विद्या पढ़े यानी संत सिंह जी दमोदर साहब के 6वें मुखी सरबोच ने पहला भाई मनी सिंह जी भाई गुरबख सिंह जी उन्हों तो बाद ज्ञानी सूरत सिंह जी भाई गुरदास सिंह जी भाई गुरदास सिंह के छोटे भरा ज्ञानी संत सिंह जी जिन्होंने विद्यार्थी सन भाई सरदोख सिंह साहब कबीरदास जिन्होंने नानक प्रकाश गुरु प्रकाश सूर जी लिखे भाई वीर सिंह जी गुरु प्रकाश सूर में कमियां पाइया ने पर पाइया इन्होंने वह भी देखना पड़ेगा पर भाई सरदोख सिंह प्रकाश से पूरा मौका है ऐडा विश्वास वो कहते हैं अब आन की आस निराज पही कलवी धनवास की वो मन माही भाई सरदोख सिंह साहब कहते हैं हम की आस ही मुक गई भाई जी ने पूछा भी क्यों कहते हूँ मेरे हिरदे गुरु कलवी धन साहब बैठ गए संत कहते मोहन सिंह जी पिंडरा वाले महापुरुष जब पढ़ाते गरीबों तो दस पढ़ता हूँ कोई कथा सुना जी कहते बूढ़िया नगर में भाई सरदोख सिंह समा लग जपी साहब का पाठ कर जमुना के किनारे पर पौड़ी वो अज भी है भाई वीर सिंह ने जी को पौड़ी का उस में 10वें पातशाह गुरु कलगीधर साहब के दीदार जिमें कहना बाबा निधान सिंह जी हम हजूर साहब जो उन्हें धक्के मार के कढ़ दिता स्टेशन से बैठे 10वें पातशाह ने दर्शन दिते से अगे निधान सिंह कितने तैयार किया कहना महाराज करा कि तक बैठन नहीं दिता कहते बैठ तेन कौन ला सकता है साडा गंदर वाला था उसे बैठ निधान सिंह जी कहते महाराज कोई गंद नहीं बैठू की करूँ उसे आख्या हथ तेरा ते खीसा मेरा लगना चलता भाई लाली जी जाके ना आ गुरु उन्होंने बरसी बनाई है बाबा निधान सिंह जी बाबा हरनाम सिंह जी मैं बाबा हरनाम सिंह जी दर्शन बहुत जीते ब्रह्म जाने से बंत्र सो और टाइम साहब सिंह जी बंत्र की गल है जो संत फतेह जी को श्री चढ़े सब दिनों उन्होंने संत मंगोवाल साहब जिला प्रधान होंगे जिला नक्षत्र सिंह जी प्रवान जी उन्होंने पुजगी भाई गुरजीत सिंह जी मैंबर साहब बैठे ने वह भी संतों ने नाम लगे तो उन्होंने जाना दर्शन की तो ब्रह्म ज्ञानी चार महापुरुष बाबा आत्मा सिंह जी कीते चौथे बाबा सीसा सिंह जी जिन्हें डंगर साहब के उस बेहद सेवावान बिंदियां लगाइया अब बाबा हरविंदर सिंह जी तो बाबा नरिंदर सिंह जी एडे एडे डंगर चल रहे हैं उसे सैकड़े स्थानों की सेवा आ रही है नानक झीले तक ये कृपा है 10वें पातशाह तो वह वरत रही है कला जो आखिया से हथ तेरा खीसा मेरा की जे मेरी है हथ तेरा जिन्ना मर्जी चली इतिहास कहना बाबा निधान सिंह जी रोड के खुले बट के ना टीन घ्यो वाले टीन तक वह बढ़ के पौधे ला के उन्हें पानी पा के रखना कोई गुरमुख आया उन्होंने कोई रुपया 2 रुपये फौजी सिंह जाते तो आम नहीं जाता से कोई उन्हें कोई रुपया होता वो दाल लियादी थी रुपये का खा कुछ आटा लिया दाल में पाती लून में पाता तो आप आटा लिया कुछ रोटी पका दी है कहते गुरु कलगीधर साहब का भजन है बस हम शुरुआत हो गई उतों शुरुआत हो गई अभी देख लो पिंडा लंगर चल अज बाबे निधान सिंह का लंगर कि पता चल रहा है अब गुरु नानकदास साहब का कि पता लंगर चल रहा है थान का लंगर चल रहा है उन्होंने कृपा है सो वो महापुरखों ने कुर्बानियां गुरुआ की बंडियाई है छोट रागनी है तो 5वें पातशाह गुरु अर्जन साहब के भजन अविनाशी दादा वो अविनाशी है परमेश्वर कैसा है अविनाशी आर सा जुगा सतो है सारे जीवों का दाता दाता है दाता देने वाला सारे सिमरत समर कोई जिन्होंने वह सिमरत किया पूरी सारी मेहनत हुई गुण गान भगत को बरतन बिरला पावे कोई वह गुणा का निदान खजाना है वह खजाने कौन है वह खजाना करता कौन है बिरला कोई भगत महापुरुष
ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਕ ਖਜ਼ਾਨੇ ਲਿਆ ਲਾਏ। ਜਿਹਦੇ ਬੰਦੇ ਦਾ ਭਾਗ ਜਾ ਕੇ ਉਹਨੂੰ ਖਜ਼ਾਨੇ ਦਾ ਹਿੱਸੇਦਾਰ ਬਣਾ ਲੈਂਦਾ। ਆਪਾਂ ਕਹਿੰਦੇ ਨਾ ਜੀ ਫਲਾਣਾ ਬੰਦਾ ਹਿੱਸੇਦਾਰ ਹੈ ਇਸ ਕੰਮ ਵਿੱਚ, ਉਹ ਭਗਤ ਫਿਰ ਉਹ ਖਜ਼ਾਨੇ ਦੇ ਹਿੱਸੇਦਾਰ ਬਣ ਜਾਂਦੇ ਨੇ। ਉਹ ਫਿਰ ਆਪ ਨਹੀਂ ਫਿਰਦੇ, ਉਹ ਫਿਰ ਜਿਹਦੇ ਤੇ ਕਿਰਪਾ ਕਰਦੇ ਉਹਨੂੰ ਵੀ ਖਜ਼ਾਨਾ ਕਰ ਪਰਮ ਨੂੰ ਦੇ ਦਿੰਦੇ ਆ। ਉਹ ਫਿਰ ਕਹਿੰਦੇ ਗਾਵੋ ਖਰਚੋ ਰੱਬ ਨੇ ਪਾਈ ਟੋਟਕਾ ਕਰ ਵਰਤੋ ਲਏ ਉਹ ਹੈ। ਪਰ ਕੋਈ ਬਿਰਲਾ ਪਾਉਂਦਾ ਹੈ ਮੇਰੇ ਮਨ ਜਗ ਗੁਰਗੋਪਾਲ ਪ੍ਰਭ ਸੋਈ, ਐ ਮੇਰੇ ਮਨ ਤੂੰ ਵੀ ਉਸ ਤੋਂ ਗੋਪਾਲ ਪ੍ਰਿਥਵੀ ਦਾ ਪਾਲਕ ਹੈ ਜੋ ਪ੍ਰਭੂ ਤੂੰ ਪ੍ਰਿਥਵੀ ਆ ਤੱਤਾਂ ਤੋਂ ਪਰੇ ਹੈ। ਸੋ ਜੋ ਤੱਤਾਂ ਦਾ ਲਕਸ਼ਰਦ ਹੈ ਕੀ ਜੋ ਤੂੰ ਪਤਾ ਲਕਸ਼ਰਦ ਹੈ ਉਹਨੂੰ ਜਪ। ਇਹ ਵਿਧਾਨ ਦੇ ਕੋਈ ਸ਼ਬਦ ਨੇ ਪਰ ਸਮਾਂ ਨਹੀਂ। ਜਾ ਕੇ ਸਾਨੂੰ ਪਿਆ ਸੁਣ ਪਾਈ ਹੈ ਪੌਣ ਤੂੰ ਕਮਾ ਹੋਈ, ਜਿਹਦੀ ਸੰਗ ਵਿੱਚ ਪੈਣ ਨਾਲ ਸੁੱਖ ਮਿਲਦਾ ਹੈ ਫਿਰ ਦੁੱਖ ਨਹੀਂ ਮਿਲਦਾ, ਉਹ ਸੁੱਖ ਮਿਲਦਾ ਫਿਰ ਦੁੱਖ ਨਹੀਂ ਹੁੰਦਾ। ਉਹ ਸੁੱਖ ਤੋਂ ਮਰਨ ਉਹ ਸੁੱਖ ਖਤਮ ਨਹੀਂ ਹੁੰਦਾ, ਬਾਕੀ ਸੁੱਖ ਮਿਟ ਜਾਂਦੇ ਆ। ਰਾਜ ਦਾ ਸੁੱਖ ਵੀ ਮਿਟ ਜਾਂਦਾ, ਪਦਾਰਥ ਦਾ ਸੁੱਖ ਮਿਟ ਜਾਂਦਾ, ਮਾਇਆ ਦਾ ਸੁੱਖ ਮਿਟ ਜਾਂਦਾ, ਗਰੀਬੀ ਆ ਜਾਂਦੀ ਆ ਮੀਂਹ ਚਲੇ ਜਾਂਦੀ ਹੈ ਇਹ ਵੀ ਸੁੱਖ ਮਿਟ ਜਾਂਦਾ। ਪਰ ਉਹ ਸੁੱਖ ਵੀ ਮਿਟਣ ਵਾਲਾ ਸਦਾ ਹੀ ਰਹਿਣ ਵਾਲਾ ਹੈ, ਉਹ ਆਪ ਵੀ ਅਵਨਾਸੀ ਹੈ ਉਹਦਾ ਸੁੱਖ ਵੀ ਅਵਨਾਸੀ ਹੈ। ਜਾ ਕੇ ਸਮਝ ਪਿਆ ਸੁੱਖ ਪਾਈ ਹੈ ਬਹੁਤ ਦੁੱਖ ਨਾ ਹੋਈ ਫਿਰ ਦੁੱਖ ਨਹੀਂ ਹੁੰਦਾ। ਰਾਓ ਬੜਭਾਗੀ ਸਾਧ ਸੰਗ ਪ੍ਰਾਪਤ, ਬੜਭਾਗੀਆਂ ਨੂੰ ਸਾਧ ਸੰਗ ਦੀ ਪ੍ਰਾਪਤੀ ਹੁੰਦੀ ਹੈ। ਤੇ ਫਿਰ ਭੇਟ ਗੁਰਮਤ ਖੋਈ, ਸੰਗਤ ਨੂੰ ਭੇਟ ਨਾ ਹੁੰਦਾ ਮਿਲਦਾ, ਜਿਹੜਾ ਸੰਗਤ ਵਿੱਚ ਮਿਲ ਗਿਆ ਸਭ ਸੰਗਤ ਮਿਲਦੀ ਹੈ। ਮਾਧਵ ਜੈਸੇ ਮਧੁਕ ਮਖੀਰਾ, ਜਿਵੇਂ ਸਹਿਜ ਨਾਲ ਮੱਖੀਆਂ ਇੱਕ ਮਿਕ ਹੋ ਜਾਂਦੀਆਂ ਨੇ, ਇਉਂ ਜੋ ਸੰਗਤ ਵਿੱਚ ਮਿਲ ਗਿਆ ਮਨੋਂ ਮਿਲ ਗਿਆ ਮਨ ਜੁੜ ਗਏ ਜਿਹਦੇ ਸੰਗਤ ਨਾਲ ਸ਼ਬਦ ਨਾਲ, ਉਹਨਾਂ ਦੀ ਦੋ ਮਤ ਖੋਟੀ ਮਤ ਖੋਈ ਗਈ ਚਲੀ ਗਈ। ਜਿਨਕੀ ਗੁਰੂ ਨਾਨਕ ਦਾਸ ਵੰਸ਼ ਹੈ ਜਿਹਨਾਂ ਨਾਮ ਮਿਲਦਾ ਗੁਰੂ ਵੀ, ਉਹਨਾਂ ਗੁਰਮੁਖਾਂ ਦੀ ਜਿਹਨਾਂ ਦੀ ਗੁਰਮਤ ਚਲੇ ਗਈ ਆਖੋ ਸਤਨਾਮ, ਜਿਹਨਾਂ ਦੀ ਖੋਟੀ ਮਤ ਚਲੇ ਗਈ ਜਿਹਨਾਂ ਨੂੰ ਗੁਰੂ ਦੀ ਮਤ ਆ ਗਈ। ਆਪਣੀ ਮਤ ਛੱਡਦੀ, ਆਪਣੀ ਮਤ ਤਾਂ ਛੱਡਦੇ ਜੀ ਅਸੀਂ ਸਿੱਖ ਵਰਗੇ ਨਹੀਂ ਛੱਡਦੇ ਜੀ, ਆਪਣੀ ਮਤ ਛੱਡਣੀ ਛੱਡਦੇ ਵੀ ਦੂਜੀ ਆਉਣੀ ਨਹੀਂ। ਗੁਰੂ ਅੰਗਦ ਸਾਹਿਬ ਤਾਂ ਹੀ ਕਹਿੰਦਾ ਨਾ ਵਸਤੂ ਅੰਦਰ ਵਸਤੂ ਸਮਾਵੈ ਦੂਜੀ ਹੋਵੇ ਪਾਸ, ਜੇ ਦੂਜੀ ਪਾਸੇ ਕਰੋਗੇ ਤਾਂ ਹੀ ਪਹਿਲੀ ਉਹ ਦੂਜੀ ਆਊ ਨਾ, ਜੇ ਭਾਂਡੇ ਤੋਂ ਪਹਿਲਾਂ ਪਾਣੀ ਕੱਢੋ ਦੂਜਾ ਤਾਂ ਹੀ ਪੈਣਾ। ਆਪਣੀ ਮਤ ਛੱਡੀ ਮਹਾਰਾਜ ਕਹਿੰਦੇ ਮਨ ਦੀ ਮਤ ਤੇ ਆਪੋ ਹਰ ਜਾਂ, ਮਨ ਦੀ ਮਤ ਛੱਡ ਦਿਓ ਭਾਈ ਇਹ ਪਰ ਕੱਢਣਾ ਹੈ ਕੰਮ, ਮਨ ਦਾ ਸਾਡਾ ਸਭ ਵਿਗੜੇ ਕੇ ਦਿੰਦਾ। ਮਹਾਰਾਜ ਕਹਿੰਦੇ ਜਿਹਨਾਂ ਨੇ ਦੁਰਮਤ ਤਿਆਗ ਦੀ ਮਨ ਦੀ ਮਤ ਤਿਆਗ ਦੀ ਗੁਰੂ ਦੀ ਮਤ ਲੈ ਲਈ ਤਿੰਨ ਕੀ ਉਹਨਾਂ ਦੇ ਧੂੜ ਜਨ ਦਾਸ ਭਾਵਨਾ ਸਤਿਗੁਰੂ ਕਹਿੰਦੇ ਮੈਂ ਮੰਗਦਾ ਮੈਂ ਦਾਸ ਮੈਂ ਧੂੜੀ ਮੰਗਦਾ ਜਿਹਦਾ ਨਾਮ ਹੁੰਦਾ ਕੋਈ, ਜਿਹਨਾਂ ਨੇ ਗੁਰੂ ਦੀ ਸਿੱਖਿਆ ਨੂੰ ਆਪਣੇ ਉਹ ਗੁਰੂ ਦੇ ਬਖਸ਼ੇ ਨਾਮ ਨੂੰ ਆਪਣੇ ਹਿਰਦੇ ਕੋਲੋਂ ਹਿਰਦੇ ਦੇ ਕੋਲੋਂ ਲਿਆ, ਹਿਰਦੇ ਦੇ ਗਹਿਣੇ ਵਿੱਚ ਜੜ ਲਿਆ ਹੀਰੇ ਵਾਂਗੂ ਨਾਮ ਨੂੰ ਤੇ ਉਹਨਾਂ ਧੂੜ ਮੈਂ ਮੰਗਦਾ। ਉਹ ਕੋਈ ਸਤਿਗੁਰਾਂ ਨੇ ਪਵਿੱਤਰ ਨੂੰ ਪ੍ਰਵਾਨ ਬਖਸ਼ਿਆ। ਆਓ ਇੱਕ ਸਿੱਧੀ ਦੇਖ ਪੜ੍ਹ ਕੇ ਆਪਾਂ ਸਮਾਪਤੀ ਕਰਾਂਗੇ, ਅਗਲਾ ਗੁਰੂ ਗ੍ਰੰਥ ਸਾਹਿਬ ਦੱਸਣਗੇ। ਸੁਖ ਮਿਲਦਾ ਨਾਲੇ ਸੋਭਾ ਤੇਰੇ ਦਰ ਤੇ ਆਇਆ ਨੂੰ, ਦਾਦਾ ਸੁਖ ਮਿਲਦਾ ਨਾਲੇ ਸੋਭਾ ਤੇਰੇ ਦਰ ਤੇ ਆਇਆ ਨੂੰ, ਦਾਦਾ ਸੁਖ ਮਿਲਦਾ ਬੇਨਤੀਆਂ ਪ੍ਰਵਾਨ
ਬਾਬਾ ਜੀ ਦਾ ਸਮੁੱਚੀ ਸੰਗਤ ਦਾ ਸਾਡਾ ਸੈਕਟਰੀ ਸਾਹਿਬ ਦਾ ਸਭ ਦਾ ਧੰਨਵਾਦ ਹੈ ਭਾਈ ਰੱਬ ਦੇ ਅਧਿਕਮਾ ਆਓ ਅਖੀਰਲੀ ਬਾਣੀ ਕਰਕੇ ਫਤਿਹ ਬੁਲਾਈ ਦੇ ਤਿਨਕੇ ਤੂੰ ਨਾਨਕ ਦਾਸ ਪਾਂਛਾ ਜਿਨਾ ਨਾਮ ਹਿਰਦੈ ਪੁਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਸਾਜੀ ਵਾਹਿਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਾਰੀਆਂ ਨੂੰ ਸਿੱਖ ਸੰਗਤਾਂ ਬੜਭਾਗੇ ਹੋ, ਕਿਉਂਕਿ ਆਪਣੇ ਸ਼ਹੀਦ ਸਰਦਾਰ ਭਗਤ ਸਿੰਘ ਜੀ ਕਟੋਕਰ ਉਹਨਾਂ ਦੀ 83ਵੀਂ ਸਾਲਾਨਾ ਯਾਦ ਆਪਾਂ ਸਾਰੀਆਂ ਸੰਗਤਾਂ ਨਗਰ ਵਿੱਚ ਔਰ ਇਲਾਕੇ ਦੀਆਂ ਸੰਗਤਾਂ ਸਮੁੱਚੇ ਨਗਰ ਦੀਆਂ ਸੰਗਤਾਂ ਸਾਰੀਆਂ ਨੂੰ ਲੱਗੇ ਮਨਾ ਰਹੇ ਹਾਂ। ਸੋ ਸਤਿਗੁਰਾਂ ਦੀ ਪਵਿੱਤਰ ਬਾਣੀ ਦੇ ਭੋਗ ਪਾਏ ਭੋਗ ਤੋਂ ਉਪਰੰਤ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਗਿਆਨੀ ਇੰਦਰਜੀਤ ਸਿੰਘ ਜੀ, ਜਿਨ੍ਹਾਂ ਨੇ ਆਪਾਂ ਨੂੰ ਬੜਾ ਇਤਿਹਾਸ ਔਰ ਉਹਨਾਂ ਮਹਾਨ ਸ਼ਹੀਦਾਂ ਦੇ ਦਇਆ ਸਲਾਹ ਕਰਕੇ ਨਿਹਾਲ ਕੀਤਾ ਹੈ। ਸੋ ਹੁਣ ਮੈਂ ਬੇਨਤੀ ਕਰੂੰਗਾ, ਕਿਉਂਕਿ ਆਪਣੇ ਸਮਾਂ ਬੜਾ ਸੀਮਿਤ ਹੈ, ਇਸ ਕਰਕੇ ਮੈਂ ਬੇਨਤੀ ਕਰਾਂ ਭਾਈ ਧਰਮ ਸਿੰਘ ਖੂਹ ਦੇ ਕ੍ਰਿਸ਼ੀ ਜਥੇ ਨੂੰ ਔਰ ਸੰਗਤਾਂ ਉੱਪਰ ਇਤਿਹਾਸ ਨਾਲ ਅੱਧੇ ਘੰਟੇ ਲਈ ਜੁੜਨਗੇ। ਇਸ ਕਰਕੇ ਬੇਨਤੀ ਹੈ, ਕਿਉਂਕਿ ਦੂਜੀ ਬੇਨਤੀ ਬੀਬੀਆਂ ਦੇ ਚਰਨਾਂ ਵਿੱਚ ਹੈ ਕਿ ਭਾਈ ਗੁਰੂ ਕੇ ਲੰਗਰ ਬਣਾਉਣੇ ਨੇ, ਪ੍ਰਸ਼ਾਦੇ ਬਣਾਉਣੇ ਨੇ, ਔਰ ਬੀਬੀਆਂ ਆਪਣੇ ਕੰਮਾਂ ਕਾਰਾਂ ਨੂੰ ਸੰਕੋਚਦਿਆਂ ਹੋਇਆਂ ਗੁਰੂ ਦਰਬਾਰ ਵਿੱਚ ਪਹੁੰਚ ਕਰਕੇ ਗੁਰੂ ਦੀਆਂ ਲੰਗਰਾਂ ਦੀਆਂ ਸੇਵਾਵਾਂ ਲੈਣ ਦੀਆਂ ਕਿਰਪਾਲਤਾ ਕਰੋ ਜੀ। ਸਵਾਬ ਭਾਈ ਧਰਮ ਸਿੰਘ ਜੀ ਦਾ ਕ੍ਰਿਸ਼ੀ ਜਥਾ ਸੰਗਤਾਂ ਨੂੰ ਅੱਧੇ ਘੰਟੇ ਲਈ ਗੁਰੂ ਇਤਿਹਾਸ ਨਾਲ ਜੋੜੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੇਡਣਾ
के चरणों में जुट बैठियां हुई संतां अज ओ महान गुरु अमर शहीद बाबा सरदार भगत सिंह जी शहीद ढंडोगर इन्हां दी याद दे विच आपां जुड़ बैठे हुए हर साल की क्रम उन्हां नूं श्रद्धा दे फुल भेट करदे श्रद्धांजलि अर्पण करदे हो सतगुरां दी गोद बैठे हुए तुसीं ते असीं आओ सब तो पहला बुलंदबाज जी सतगुरां नूं याद करिए पिता दे दानी पुत्रां दे दानी हेमकुंड दे तपस्वी पटना साहिब जन्म लैण वाले आनंदपुर साहिब के मार्ग नूं झुकाओ शीश ते कह दिओ वाहिगुरु जी का खालसा वाहिगुरु जी की फतेह। अज आपां उस महान गुरु जिन्हां ने सतगुरां दे चरणां विच बह के उस महान गुरु नूं याद कीता जिन्हां ने आपां कौम तों बाहर अणखता जीवन मर्दा की मौत थोड़े जड़े किसी कवि ने बड़ा सुंदर देखा पर मेरे को टाइम नहीं अपन दोपहर के वे गल करा आओ दूजे पातशाह खरूर साहब की धरती से बैठे है आम संत बैठिया दो पुत्र वे बैठे है भाई दासू जी तो दासू जी दोवे कोल बैठे है गोंदवाल के केले गोंदवाल की राख के बचों गोंदे खतरी के नाम का एक उत्थे पहुंचा तो पहुंचा क्यों वो जी रख सी वेद देह भूत दरा वगैरह रहते सन जेडे कोई उत्थे रहना सहना नहीं सी कर देंगे नौकरा भजा दया करते जिस वेले ये गोंदा खतरी सतगुरां के कोल गया दूजे पातशाह के कोल गोंदवाल साहब का खडूर साहब का 10 किलोमीटर का फर्क है इन्हे बन जो गए दुखी होया ये खतरी गया एक पासे गुरु अमरदास तीजे पातशाह अज सेवादार संगो बैठे से दोवे पुत्र बैठे सिख संगत अपने वर्गिया बैठिया सतगुरों जब जाके गोंदे खतरी ने मत्था टेकिया तो सतगुरों ने पूछा आओ जी आप कितों आए आख्या महाराज मैं थोड़ा जा 10 किलोमीटर की दूरी तो या 7 मील की दूरी तो ताडे दर्शन को आया तो महाराज मैं बड़ा दुखी सतगुरु दूजे पातशाह ने पूछना किया कि गलों दूरी है आख्या महाराज जी रियास है उस रियास के पिछों अद्धी ले अद्धी मेरे को रहन दो भूत डरा दे फिर तुम कृपा कर दे दो पुत्रों को आख्या तुम चल जाओ दोवे ने आख्या जितने भूत तो प्रेम फिरते उन्न जाके करना बापू सानू मरवाओगे अभी नहीं जाना धन सन गुरु अमरदास जी सेवा भी तो गुरु भी रिश्तेदारी के पुरुष दो तीन चीजा रलिया सन आख्या अमरदास जी उठो तो ये नाल चल के गोंदवाल साहब की धरती से चाला पाओ उत्थे रहिश कर सत बजन सिर नीवा करके 62 साल की उम्र ने नीवा करके सिर से आग्ञा लेगी तुरे 5 कदम से गए वार कही अमरदास जी आज वापस वापस आए सज्जे गोडे के थले एक छिड़ी रखी सी गुरु अंगद देव ने आख्या आ छिड़ी दैनो तो सतनाम का जो उस रख के जलोगे ना सतनाम का जाप करो उ लभना ही कख नहीं तुम निशानियां लभनगियां किवें मोड़े उड़ते किवें दरख्त उठते जाते झाड़ किधर हो जाते ऐसा ही होया दोवे जने तुरे जाते हैं ना खतरी रख का मार्ग जा रहा मुंडा खतरी तो बाबा अमरदास जी जदों उठे गए ऐसा ही होया हाथ के सतना वाहेगुरु जो जाप होया हथ के सोटी फड़ी अगे भजे जाते दरख्त सामने किए बराबर होए गाने टुट जाते डिग पे दरख्त माड़े टुटे जाते सारे उस रख के जाके जो उन्होंने बहार कड़ दिता मेरे पातशाह आ गए आया दार मुंडा खतरी कह लगा महाराज कृपा कर दो वे गुहार वसदा इंसान के योजे काम होंगे गुंदे खतरी भी आके गुरु अंग देव के चरणों के मत्था टेकया कह लगा जी मैं गलती कर गया अद्धी रखनी सारी दी मैं सारी दान कर दिना सतगुरु आख्या ठीक है जे तू गुंदे खतरी सारी दान करता तो तेरे नाम के उ इंद्रपुरी बनूगी आज भी तुम दर्शन कर दे गोंदवाल साहब ने 84 बोलियां थले इशनान करीदा ब्यासा के किनारे से वह एक बोंब है जब यह गल आखी गई गुरु गद्दी का तिलक जरा तीजे पातशाह गुरु अमरदास जी ने ला दिता तो कह दिता
ਤੁਸੀਂ ਅਮਰਦਾਸ ਜੀ ਜਾਓ ਉੱਥੇ ਦੀ ਡਿਊਟੀ ਸੰਭਾਲੋ ਗੋਦਵਾਲ ਸਾਹਿਬ ਦੀ ਧਰਤੀ ਦੀ ਇੱਥੇ ਸੇਵਾ ਚੱਲੇ ਤੁਹਾਡੇ ਵਰਗੇ ਸੰਤਾਂ ਸਾਡੇ ਵਰਗੇ ਸੰਤਾਂ ਪੂਰਾ ਦੂਰ ਤੋਂ ਪੰਜ ਪੰਜ ਮਹੀਨੇ ਘਰ ਦੀ ਕਮਾਈ ਕਰਕੇ ਅਤੇ ਛੇਵਾਂ ਮਹੀਨਾ ਜਿਹੜਾ ਉਹ ਗੁਰੂ ਅਮਰਦਾਸ ਦੇ ਦਰ 'ਤੇ ਆਪਾਂ ਜਾਇਆ ਕਰਦੇ ਸੀ ਕਿਉਂਕਿ ਆਪਣੇ ਪਰਿਵਾਰ ਤੋਂ ਕੋਈ ਸੰਦ ਨਹੀਂ ਮੋਟਰਸਾਈਕਲ ਗੱਡੀਆਂ ਨਹੀਂ ਸੀ ਪੈਦਲ ਆਉਣਾ ਅਤੇ ਪੈਦਲ ਜਾਣਾ ਐਸਾ ਦੂਰਾਂ ਦੂਰਾਂ ਤੋਂ ਚੱਲਦੇ ਆ ਘਰ ਦੇ ਕੰਮ ਦੇ ਲਾਗੇ ਦੀ ਇੱਕ ਸੰਗਤ 200 ਕਮਾਈ ਪਾਈ ਉਹਨਾਂ ਨੇ ਮਨ ਦੇ ਵਿੱਚ ਸਰਦਾ ਰੱਖ ਕੇ ਗੱਲ ਕਹਿ ਦਿੱਤੀ ਕਿ ਗੋਦਵਾਲ ਸਾਹਿਬ ਦੀ ਧਰਤੀ 'ਤੇ ਚੱਲੀਏ ਨਾਲ ਇੱਕ ਮਹੀਨਾ ਸੇਵਾ ਕਰੀਏ ਨਾਲ ਉੱਥੋਂ ਸ਼ਸਤਰ ਵਸਤਰ ਸੋਨਾ ਚਾਂਦੀ ਜਿੰਨੀ ਕਿ ਬਹੁਤ ਹੀ ਕਿ ਜਿਹੋ ਜਿਹਾ ਕਿ ਇਨਸਾਨ ਸੀ ਜਿਹੜੀ ਉਹਦੇ ਵਿੱਚ ਪਹੁੰਚ ਸੀ ਜਿਹੜੀ ਉਹਦੀ ਤਮੰਨਾ ਅਤੇ ਆਸ ਸੀ ਨਾ ਉਹ ਲੈਕੇ ਤਿਆਰ ਕਰਕੇ ਕਾਲ ਦੀ ਸੰਤ ਜਿਹੜੀ ਆ ਤੁਰ ਕੇ ਦੌੜ ਨੂੰ ਪੂਰੀ ਹੁੰਦੀ ਆ ਕਰਕੇ ਤਿਆਰੀ ਅਤੇ ਮਹੀਨਾ ਮਨ ਬੋਲਦਾ ਬਾਰਿਸ਼ ਮਾੜੀ ਮਾੜੀ ਪੈ ਰਹੀ ਆ ਟਿਮਕ ਟਿਮਕ ਹੋ ਰਹੀ ਆ ਜੋਰਾਂ ਦੀ ਠੰਡ ਆ ਕੁੱਕਣਾ ਬਾਜੀਆਂ ਸੰਤ ਨੇ ਆਪਣੇ ਸਿਰ ਦੇ ਉੱਤੇ ਸਮਾਨ ਚੁੱਕਿਆ ਕਾਲ ਤੋਂ ਚੱਲੇ ਆ ਦੁਨੀਆਂ ਦੇ ਰਸਤੇ ਦੇ ਵਿੱਚ ਆਪਾਂ ਸੁਣੀਏ ਕਿਉਂ ਬੇਨਤੀ ਧੰਨ ਸੱਚੇ ਸ਼ਰਧਾਲੂ ਗੁਰੂ ਘਰ ਦੇ ਹਰ ਯਾਤਰਾ ਪੰਜਾਬ ਵੇਦੀ ਘਰ ਦੇ ਜਿਹੜੇ ਦਿਲੋਂ ਸੀ ਪ੍ਰੇਮੀ ਗੁਰੂ ਦਰ ਦੇ ਹਰ ਪਾਉਂਦੇ ਉਹ ਦਰ ਛਿਓ ਤਾਲ ਸਾਰਿਆਂ ਨੂੰ ਤੁਰੀ ਕਾਬਲੋਂ ਤੁਰੀ ਕਾਬਲੋਂ ਸੰਗਤ ਸੀਵੀ ਗੋਦਵਾਲ ਨੂੰ ਤੁਰੀ ਕਾਬਲੋਂ
मेरे घर कोई टिकाणा नहीं। 200 माई भाई की संगत जी लाहौर के बाजार गंगे शाहूकार के गेट के सामने मुड़के टवेले सत जाई मन जरा नाराज होया सच्चा पातशाह सेवक ताकि संगत अज एक हंकार बंदे ने जिन्हें तो इन्ना कुछ देता उन्होंने दिता आप खाण नहीं तहू इना कुछ देता इना कुछ देता अज इन्हें धारी संगत को वापस मोड़ दिता जिमें विजे थान खलो के उत्ते बदल चमकदा है और लिशक पैंदी है वेले थान खलो के अरदास अमरदास के चरणों के जिमें 200 माई भाई कर रहे सुनी
अरदास प्रमान कर दी। दिन चढ़िया कि उतने ना कुछ खाधा ना पीता, सतगुरु के प्यार के सिख सरना तुर गई। गोंदवाल साहब की धरती से पहुंचे सतगुरु का लगा दरबार, इसी तरह संगत के जुड़ बैठे थी जी बादशाह गुरु अमरदास। उन्होंने चरणा ध्यान के मत्था टेकया, सिख संगत ने पूछा सुनाओ ठीक ठाक आ गए? आख्या हाँ महाराज आप ठीक है, पर लाहौर थोड़ा जा दुख आया। यहोजे ए बंदियां तुसी इन्ना ही उच्चा चुक दिंदे हो जिन्हां नूं चेता भुल जांदा यह धाड़ी संगत, यह संगत उन्हें अपने घर के नहीं ये करार कटन दे सी मेरे पातशाह ने कहा कोई गल नहीं, उन्हें नहीं इतने ही होना। देखो कि मेरे पातशाह ने कह दिता जिड़िया फैक्ट्रिया लगियां जमिया घंटिया के अंदर अंदर फैक्ट्रिया किसी बने गई, किसी अग लग गई, कोई सड़ गई, किसी बने उड़ाव कुछ दिनों के गंगे शाह जरा बजता से हूँ कुछ भी ना रह गया, जीरो हो गया। यह गुरसिख न मिलिया ढे वर्गे की भाणा बात बत गया गंगे शाह की गल सोची पाया कह लगा कि पता नहीं की होया। दस दिन हो गए दो दिन का काम पिछा जाता जाता हूँ जीरो हो गया। हूँ जहाँ लोगी मैंने मंगने पे भी नहीं देंगे बाजार के जिदा सुधा चलता, इन्नी किस्मत माड़ी हो गई। सतगुरां तों मूंह दूजे बने नूं करदे, गुरु की संगत तों मूंह दूजे बने नूं करदे नहीं राह पाई गई। जदों दूजे बने नूं कीता उस गुरसिख ने आख्या जा अजे जाके माफी मंग ला। गोंदवाल की धरती ते उह संगत है, गोंदवाल ते गुरु साहिब बैठे जा उहनां दे कोल। इह फकीर बन के लाहौर तों चलिया गोंदवाल साहिब की धरती ते आया, कुछ दिन सेवा कीती। सेवा करन तों बाद एक दिन बैठा बैठा सतगुर तौर तरीका का देख रहा है कि एक शाहूकार से अच्छे फकीर क्यों होया अपने शब्दों अपनी कूनी अपनी बोली को करतूत है हुई आया सतगुरों के कोल कहने लगा महाराज मैं बादशाह हाँ अपने का जहाँ ढाई कृपा ना हूँ इतने कृपा जा रहा मैं बादशाह हाँ ढाई कृपा ना शाहूकार मेरा सिक्का चलता है लाहौर की धरती के ना बड़ी कुगरता कमेरा से पता नहीं मेरे को गलती हो गई है कृपा करो मेनु माफी दे दो ते मेनु शाहूकार बना। सतगुरां ने भाई गरजन सिंह वर्गे सेवादार को आख्या जा बई फट के लिया उदों बहियां ते काम चलदे आले एटीएम लगे आपां जिथों मर्जी अट पैसे कढा लैंदे आ ना वड्डे शाहूकार जिहड़े दिल्ली रहिंदे इहनां दा होर जाणा ते पैसे इत्थे जमा करा के रसीद लै के चल जाणा उथों हुंडी ते पैसे लै। ऐसा ही होया दिल दे विच आया की करूं मैनूं काबी। गुरु अमरदास साहिब ने जाओ जाओ ਬਈ ਕਿ ਦੇ ਦੀਏ ਇਹਦਾ ਕਾਰੋਬਾਰ ਚੱਲੇ। ਸਤਿਗੁਰਾਂ ਨੇ ਉਹਨੂੰ ਬਈ ਦਿੱਤੀ ਆਖਿਆ ਲੈ ਗੰਗੇ ਸ਼ਾਹ ਜਿੱਥੇ ਮਰਜ਼ੀ ਦੇਖਦੀ ਲਿਖਤ ਪੜ ਕਰਨੀ ਇਹਦੇ ਤੇ ਤੇ ਹੁਣ ਲਾਹੌਰ ਨੂੰ ਨਾ ਜਾਈਂ ਤੂੰ ਦਿੱਲੀ ਨੂੰ ਚੱਲ ਜਾ। ਹੁਣ ਇਹ ਦਿੱਲੀ ਨੂੰ ਗਿਆ ਤੁਰਿਆ ਜਾਂਦਾ ਪਰ ਦਿਲ ਦੇ ਵਿੱਚ ਅਜੇ ਵੀ ਨਵੇਂ ਜਾਂਦਾ ਨਾ ਦਿਨ ਦੀ ਨਾ ਰਾਤ ਦੀ ਭੁਲੇਖੇ 'ਚ ਤੇ ਧੋਖੇ 'ਚ ਫਿਰਦਾ ਕਿ ਗੁਰੂ ਅਮਰਦਾਸ ਨੇ ਮੈਨੂੰ ਟੀਚਰ ਕੀਤੀ ਆ। ਮੌਕਾ ਆਇਆ ਤਾਂ ਮੰਮੀ ਟੀਚਰ ਕਰ ਲਈ ਅੱਗੇ ਸਮਾਂ ਚੱਲੀ ਜਾਂਦਾ ਸੀ। ਜਿਸ ਵੇਲੇ ਇਹ ਦੌਰ ਪਹੁੰਚਿਆ ਸਿੱਖੇ ਸਿੱਖੇ ਚੱਲਦਾ ਕੰਮ ਆਪਣਾ ਬਣਾਉਣ ਲੱਗਾ ਇੱਕ ਸ਼ਾਹੂਕਾਰ ਨੂੰ ਸ਼ਾਹੂਕਾਰ ਮਿਲਿਆ। ਉਹਨੇ ਪੁੱਛਿਆ ਲਾਹੌਰ ਦੇ ਵਿੱਚ ਇੱਕ ਗੰਗੇ ਸ਼ਾਹ ਰਹਿੰਦਾ ਸੇਠ ਜੀ ਮੈਂ ਉੱਥੇ ਲਾਹੌਰ 'ਚ ਆਪਣਾ ਕਾਰੋਬਾਰ ਖੋਲ੍ਹਣਾ ਚਾਹੁੰਦਾ ਆਹ 20,000 ਰੁਪਈਆ ਮੇਰੇ ਕੋਲ ਦੇ ਦਿਓ ਅਤੇ ਮੈਂ ਉੱਥੇ ਜਾ ਕੇ ਉਹਦੇ ਕੋਲ ਗੰਗੇ ਸ਼ਾਹ ਦੇ ਕੋਲ ਲੈ ਦੇਵਾਂਗਾ ਇਹਨਾਂ ਨਹੀਂ ਪਤਾ ਕੀ ਉਹ ਗੰਗੇ ਸ਼ਾਹ। ਹੁਣ ਗੁਰੂ ਨਾਨਕ ਦੇ ਨਾਮ ਦੀ ਹੁੰਦੀ ਪਿਆਰ ਕਰਕੇ ਉਹ ਸੇਠ ਨੂੰ ਦੇ ਦਿੱਤੀ ਉਸੇ ਗੰਗੇ ਸ਼ਾਹ ਨੇ ਉੱਥੋਂ ਜ਼ਿਆਦਾ ਪਾਇਆ ਉਹ ਲਾਹੌਰ ਨੂੰ ਤੁਰ ਪਿਆ। ਇੱਥੇ ਹੀ ਇੱਕ ਗਰੀਬ ਦਿੱਲੀ ਦੇ ਵਿੱਚ ਰਹਿੰਦਾ ਇਹਦੀ ਧੀ 18 ਸਾਲ ਦੀ ਹੈ ਮੈਂ ਇਸ ਕਵਿਤਾ ਦਾ ਮੈਨੂੰ ਬੜੀ ਪਿਆਰੀ ਲੱਗੀ ਸ਼ਾਇਦ ਤੁਹਾਨੂੰ ਵੀ ਲੱਗੂਗੀ। ਇੱਕ ਟੱਬਾ ਇਹਦੇ ਸ਼ਬਦ ਕਿ ਗਰੀਬੀ ਕੀ ਹੁੰਦੀ ਹੈ ਇਨਸਾਨ ਦੇ ਯਾਰ ਗਰੀਬੀ ਦਾ ਬੰਦਾ ਜਿਹੜਾ ਇੰਨਾ ਡਾਊਨ ਹੁੰਦਾ ਉਹ ਜਿਹੜਾ ਗਰੀਬ ਹੈ ਬੰਦਾ ਉਹਨੂੰ ਘਰ ਦੇ ਗੁਰੂ ਯਾਦ ਹੈ ਅਤੇ ਬਾਜੀ ਵੀ ਜੇਬ ਦੇ ਵਿੱਚ ਕੋਈ ਜ਼ਿਆਦਾ ਬਰਬੇ ਜਾਂ ਜ਼ਮੀਨ ਕੋਠੀਆਂ ਉਹਨੂੰ ਸ਼ਾਇਦ ਘੱਟ ਹੋ ਗਈ। ਇਹ ਪੰਤ ਨੂੰ ਪਤਾ ਲੱਗਾ ਪਹਿਲਾਂ ਸੁਣਦਿਆਂ ਸੁਣਦਿਆਂ ਕਿ ਦਿੱਲੀ ਤੋਂ ਚੱਲਿਆ ਆਪਣੇ ਪਰਿਵਾਰ ਨੂੰ ਛੱਡ ਕੇ ਧੀ ਦਾ ਵਿਆਹ ਰੱਖ ਦਿੱਤਾ 18 ਸਾਲ ਦੀ ਦਾ ਚੱਲਦੇ ਆ ਗੁਰੂ ਅਮਰਦਾਸ ਦੇ ਭੰਡਾਰੇ ਭਰੇ ਆ ਉਹਨਾਂ ਭੰਡਾਰਿਆਂ ਦੇ ਵਿੱਚੋਂ ਮੈਂ ਮੰਗ ਕਰਦਾ ਜਾ ਕੇ ਮੈਨੂੰ ਸ਼ਾਇਦ ਮਾਇਆ ਮਿਲ ਜਾਵੇ। ਇਸ ਨੇ ਕੀ ਕੀਤਾ ਦਿੱਲੀ ਤੋਂ ਪਾਇਆ ਜਾਣਾ ਗੋਂਦਵਾਲ ਸਾਹਿਬ ਦੀ ਧਰਤੀ 'ਤੇ ਆਇਆ ਰਾਸ਼ਨ ਪਾਣੀ ਗੱਫਾ ਪਾਣੀ ਪੂ ਕੇ ਲੰਗਰਾਂ ਤੋਂ ਛਕਿਆ ਥੋੜ੍ਹਾ ਜਿਹਾ ਸਾਹ ਸੁਣ ਲੈ ਕੇ ਇਸੇ ਤਰ੍ਹਾਂ ਮੇਰੇ ਪਾਤਸ਼ਾਹ ਸੰਗਤਾਂ ਦੇ ਵਿੱਚ ਜੁੜ ਬੈਠੇ ਆ ਕੇ ਇਸ ਪੰਡਤ ਗਰੀਬ ਨੇ ਮੱਥਾ ਟੇਕਿਆ ਸਤਿਗੁਰ ਨੇ ਪਿਆਰ ਦਿੱਤਾ ਤੇ ਕੁਛ ਨਾ ਕੀਤਾ ਕਿੱਥੋਂ ਆਏ ਪੰਡਤ ਜੀ ਆਖਿਆ ਜੀ ਮੈਂ ਦਿੱਲੀ ਦੇ ਰਹਿਣ ਵਾਲਾ ਦਿੱਲੀ ਤੋਂ ਆਇਆ ਆਓ ਕਰੋ ਹੁਕਮ। ਆਖਿਆ ਨਹੀਂ ਜੀ ਮੈਂ ਬੇਨਤੀ ਕਰਨ ਵਾਸਤੇ ਆਇਆ ਅੱਖਾਂ ਚੋਂ ਬਰਾਗ ਮਾਈ ਹੱਥ ਜੋੜ ਕੇ ਆਪਣੀ ਧੀ ਦੇ ਵਿਆਹ ਵਾਸਤੇ
इस पंथ ने जी गोंदवाल साहब की धरती से गुरु अमरदास के चरणों के अरजोई की है उन्होंने सुनिए प्यार क्यों बेनती लिखी हुई थी लाहौर आ गई
लाहौर आन के जरा वो सेठ दिया लगता फिरता गंगे शाह किथे गंगे शाह किथे है कहन लगे इथे भैनी पर्वत दिल्ली बैठा है देखना गुरु अमरदास जी लाहौर की धरती ते गए जाके उन्हें मिले जो उन्होंने मिले उन्होंने हुंडी दे के 20000 रुपया देता तो हुंडी ले गई गुरु नानक देव के नाम की गुरु अमरदास जी ज्ञान के गोंदवाल साहब की धरती ते बैठे इस पंत ने आन के जो अरजोई की ते दीन दुनिया के मालक ने ओह हुंडी अपनी जेब चो कट के आखा पंत जी जाओ साडा एक शाहूकार दूजी बार शाहूकार बनाता जाओ वो दिल्ली बैठा ओदे चरणों के जाके मंग रख दो कि मैं धी का ब्याह करना मैनू आ 20000 रुपया दे हूँ दूजी बार मन लगा डुबन लगा है गंगे शाह जो ये खुल गया पहले तो मिलया नहीं जे मिलया तो गेट खोल दिता गेट खोल के जो सामने गया दिल माड़ी किस्मत माड़ी जेड़ी परची वो गरीब पंत ने दिती हुई सी गुरु अमरदास के हाथों की उन्होंने चार टुटे करके धरती से सुट आख्या जा चल जा मेरे को पैसे नहीं मेरे किसी गुरु के नाल दोस्ती नहीं मैं किसी गुरु नहीं जानता वो बेचारा डिगदा ढिंडा चारे टुकड़े चुक के गोंदवाल साहब की धरती से आया सतगुरों के चरणों के मत्था टेके आख्या महाराज ये बड़ा हंकारी बंदा इन्हें तुम शाहूकार किवें बना दिता जो इनी गल कह दी सतगुरों ने बड़े प्यार आख्या लै पुत्रा जा तू धी का विह कर तिनी माया चाहिए जिनी चाहिए उन्नी लै जा धीरे विह वास्ते गुरु साहब ने माया दिखती इनू फिर गुंगाल करता कि समा होया अगर चला आओ प्यार समा समाप्त मैं धन्यवाद करता सारी संत का जिन्हें जिन्हें वीर ने माया दी मैं सारे एक बेला ना बाबा पूर्ण सिंह उन्होंने वालों भी असीस आई है बैठे हुए बाबा जी उन्होंने वालों भी असीस आई है सारी संत वालों जथे असीस आई मैं धन्यवाद करता मेरे पिछे मेरी सभा का दास सेवा दी तुसा ने वीर ने यह भाई नंद लाल कृष्ण सभा के मान दिता है प्रधान बनाया कृष्ण सभा पंजाब का नहीं भारत का है इस करके मेरा साथी मेरे पिछे आया अपने गुरु पहुंचा इतने आप टाइम भी मेरा कर देंगे उन्होंने वालों माया रही है मैं सारे का धन्यवाद करना आओ प्यार बुलाओ फटे पाओ फटे कह दो वाहिगुरु जी का खालसा वाहिगुरु जी की फतह बहुत बहुत धन्यवाद भाई धन सिंह उन्होंने जथे का जिन्हों ने गुरु इतिहास के नाल संगतों को जोड़िया सो आओ एक कविता राही एक कविता का समय भाई सरन सिंह जी धर्म धर्म वाले ने किसी जथे को मैं जथे को बेनती करा कि आने एक कविता राही संगतों ने सेवा लैन उस तो बाद गुरु की देगा वर्तनगियां सो सारिया संगतों ने गुरु की देगा लेके जाने की कृपालता करनी जी सिर्फ एक कविता राही भाई सरन सिंह जी अपनी हाजिरी लगाएंगे और गुरु की संगतों को गुरु इतिहास नाल जोड़ के भाई सरन सिंह जी धर्म धर्म वाले
एक दाते एक पखार की सब तेरे चो जुड़ना।